ਸਤਿ ਸ਼੍ਰੀ ਅਕਾਲ ਬਾਈ ਜੀ ਸਾਰੇ ਵੀਰਾਂ ਨੂੰ। ਮੇਰਾ ਬਈ ਪਿੰਡ ਸੁਖਨਾ ਬਲੂ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ। ਅਤੇ ਵੀਰ ਜੀ, ਆਪਾਂ ਆਪਣੇ ਕਬੂਤਰ ਢਿੱਲੇ ਹੋ ਗਏ ਸੀਗੇ, 2.5-3 ਸਾਲ ਹੋ ਗਏ ਬਾਈ ਆਪਾਂ ਨੂੰ ਕਬੂਤਰ ਰੱਖਿਆ ਨੂੰ, ਅਤੇ ਆਪਣੇ ਕਬੂਤਰ ਢਿੱਲੇ ਹੋ ਗਏ ਸੀਗੇ ਬਾਈ। ਅਤੇ ਉਹ ਕਿਹੜੀ ਦਵਾਈ ਜਿਹੜੀ ਆਪਾਂ ਵਰਤ ਕੇ ਨੇ ਦੇਖੀ, ਸਾਰੀਆਂ ਦਵਾਈਆਂ ਵਰਤ ਕੇ ਦੇਖ ਲਈਆਂ, ਟੈਟਰਾਮਾਈਸੀਕਲਿਨ ਦਾ ਪਾਊਡਰ, ਬਰੋਟੋਨ, ਲੀ-52 ਅਤੇ ਹੋਰ ਵੀ ਪਾਵਰ ਜੈੱਲ ਵਰਗੀਆਂ ਟੈਰਾਮਾਈਸੀਨ, ਸਾਰੀਆਂ ਦਵਾਈਆਂ ਵਰਤ ਕੇ ਦੇਖ ਲਈਆਂ ਬਾਈ, ਕਿ ਆਪਣੇ ਕਬੂਤਰਾਂ ਨੂੰ ਬਾਈ ਭੋਰਾ ਫਰਕ ਨਹੀਂ ਪਿਆ। ਅਤੇ ਮੈਂ ਯੂਟਿਊਬ 'ਤੇ ਵੀਡੀਓ ਲਗਾਤਾਰ ਕਬੂਤਰਾਂ ਦੀਆਂ ਦੇਖਦਾ ਰਹਿੰਦਾ ਸੀ, ਉਹਨਾਂ 'ਤੇ ਪਤਾ ਲੱਗਦਾ ਰਹਿੰਦਾ ਸੀਗਾ ਬਈ ਕੀ ਇਲਾਜ ਹੋਊਗਾ, ਕੀ ਇਲਾਜ ਹੋਊਗਾ, ਉਹ ਵੀ ਸਾਰਾ ਕੁਛ ਵਰਤਿਆ, ਨਹੀਂ ਪਤਾ ਲੱਗਿਆ ਬਈ ਕੁਛ। ਅਤੇ ਕਬੂਤਰ ਮੇਰੇ ਮਰਨੇ ਸ਼ੁਰੂ ਹੋ ਗਏ ਸੀ, ਸੁੱਕਣੇ ਸ਼ੁਰੂ ਹੋ ਗਏ ਸੀ, ਕਈ ਕਬੂਤਰਾਂ ਨੂੰ ਅੱਖਾਂ ਖਰਾਬ ਹੋ ਗਈਆਂ ਸੀ ਵਿੱਚ। ਅਤੇ ਵੀਰ ਜੀ, ਮੈਂ ਇੱਕ ਦਿਨ ਬਾਈ ਰਾਜਵੀਰ ਡਾਕਟਰ ਗਰੇਵਾਲ ਆਪਣੇ ਵੀਰ ਲੁਧਿਆਣੇ ਤੋਂ ਉਹਨਾਂ ਦਾ ਨੰਬਰ ਲਿਆ ਬਈ, ਅਤੇ ਉਹਨਾਂ ਨੂੰ ਮੈਂ ਕਾਲ ਕੀਤੀ, ਅਤੇ ਬਾਈ ਜੀ ਨੇ ਮੈਨੂੰ ਕਿਹਾ ਬਈ ਤੁਸੀਂ ਆਪਾਂ ਨੂੰ ਆਪਣੇ ਨਾਲ ਸੰਪਰਕ ਕਰੋ ਜਦੋਂ ਮਰਜ਼ੀ। ਉਹਨਾਂ ਨੇ ਕਿਹਾ ਵੀ ਜਦੋਂ ਮਰਜ਼ੀ ਆਪਣੇ ਕੋਲ ਆਓ, ਦਵਾਈਆਂ ਲੈ ਕੇ ਜਾਓ, ਕਬੂਤਰਾਂ ਨੂੰ 100% ਰਿਜ਼ਲਟ ਮਿਲੂਗਾ। ਅਤੇ ਉਹੀ ਚੱਕਰ ਆ ਵੀਰ ਜੀ, ਮੈਂ ਬਾਈ ਜੀ ਨਾਲ ਗੱਲ ਕੀਤੀ ਅਤੇ ਬਾਈ ਜੀ ਨੇ ਆਪਾਂ ਨੂੰ ਦਵਾਈਆਂ ਭੇਜੀਆਂ। ਉਹਨਾਂ ਨੇ ਮੈਨੂੰ ਕਿਹਾ ਸੀ ਵੀ ਤੁਹਾਡੇ ਕਬੂਤਰਾਂ ਨੂੰ 3 ਦਿਨ ਫਰਕ ਪੈਣਾ ਸ਼ੁਰੂ ਹੋ ਜੂਗਾ। ਉਹੀ ਗੱਲ ਵੀਰ ਜੀ, ਕਬੂਤਰ ਆਪਣੇ 2 ਦਿਨ ਫੁੱਲ ਦਾਣਾ ਖਾਣ ਲੱਗ ਗਏ, ਅਤੇ ਕਬੂਤਰ ਜਿਹੜੇ ਸੁਸਤ ਹੋ ਕੇ ਬਹਿੰਦੇ ਸੀਗੇ ਅਤੇ ਆਪਣੇ ਕਬੂਤਰ ਬਈ ਗੁੜਕਣਾ ਸ਼ੁਰੂ ਕਰਨ ਲੱਗ ਗਏ। ਅਤੇ ਬਾਈ ਜੀ ਨੇ ਜਿਵੇਂ ਜਿਵੇਂ ਆਪਾਂ ਨੂੰ ਟ੍ਰੀਟਮੈਂਟ ਕਰਨ ਨੂੰ ਕਿਹਾ ਸੀ, ਆਪਾਂ ਉਵੇਂ ਉਵੇਂ ਕਰਕੇ ਦੇਖਿਆ ਵੀਰ, ਅਤੇ ਆਪਣੇ ਕਬੂਤਰ ਲਗਭਗ ਪਰਮਾਤਮਾ ਦੀ ਕਿਰਪਾ ਨਾਲ ਤੁਹਾਡੇ ਸਾਹਮਣੇ ਬੈਠੇ ਆ। ਇੱਕ ਵੀ ਕਬੂਤਰ ਸੁਸਤ ਨਹੀਂ ਅਤੇ ਇੱਕ ਵੀ ਕਬੂਤਰ ਸੁੱਕਿਆ ਨਹੀਂ, ਲਗਭਗ ਸਾਰੇ ਕਬੂਤਰ ਸਹੀ ਆ। ਬਾਈ ਜੀ ਨੇ ਆਹ ਦਵਾਈਆਂ ਭੇਜੀਆਂ ਸੀ, ਅਤੇ ਆਪਾਂ ਬਹੁਤ ਉਹਨਾਂ ਦੇ ਬਾਈ ਦਾ ਧੰਨਵਾਦ ਕਰਦੇ ਹਾਂ ਵੀ ਬਾਈ ਨੇ ਆਪਣੇ ਕਬੂਤਰ ਬਚਾਏ। ਅਤੇ ਬਾਈ ਨੇ ਇੱਕ ਆਪਾਂ ਨੂੰ ਖੁੱਡੇ 'ਚ ਛਿੜਕਾਅ ਕਰਨ ਨੂੰ ਦਵਾਈ ਦਿੱਤੀ ਸੀ, ਉਹਦਾ ਇਹ ਆਪਾਂ ਨੂੰ ਇਹ ਰਿਜ਼ਲਟ ਆ ਬਾਈ ਵੀ ਮੰਨ ਲਓ ਆਪਾਂ ਕੋਈ ਵੀ ਕਬੂਤਰ ਆਪਾਂ ਬਾਹਰੋਂ ਲੈ ਕੇ ਆਉਂਦੇ ਹਾਂ, ਉਹਦੇ 'ਤੇ ਆਪਾਂ ਛਿੜਕਾਅ ਕਰਦੇ ਹਾਂ, ਅਤੇ ਉਹ ਕਬੂਤਰ ਆਪਾਂ ਕਿਸੇ ਵੀ ਬਿਮਾਰੀ ਤੋਂ ਨਾ ਡਰਨ ਦੇ ਕਾਰਨ ਵੀ ਆਪਾਂ ਖੁੱਡੇ 'ਚ ਛੱਡ ਸਕਦੇ ਹਾਂ, ਉਦੋਂ ਸਾਰਾ ਵਹਿਸ ਖਤਮ ਹੋ ਜਾਂਦਾ ਉਹ ਦਵਾਈ ਨਾਲ। ਆਪਾਂ ਖੁੱਡਿਆਂ 'ਚ ਵੀ ਉਹਨਾਂ ਦਾ ਛਿੜਕਾਅ ਕੀਤਾ ਬਾਈ, ਅਤੇ ਆਪਾਂ ਨੂੰ ਪਰਮਾਤਮਾ ਦੀ ਕਿਰਪਾ ਨਾਲ ਆਪਣੇ ਕਬੂਤਰ ਲਗਭਗ ਸਾਰੇ ਤੰਦਰੁਸਤ ਆ। ਆਹ ਦਵਾਈਆਂ ਦਿੱਤੀਆਂ ਸੀ ਬਾਈ ਜੀ ਨੇ, ਅਤੇ ਆਪਾਂ ਬਾਈ ਰਾਜਵੀਰ ਡਾਕਟਰ ਗਰੇਵਾਲ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਅਤੇ ਜਿਹੜੇ ਵੀਰ ਉਹਦੇ ਬਾਈ ਜੀ ਬਾਰੇ ਬੁਰੇ ਕਮੈਂਟ ਕਰਦੇ ਆ, ਬੁਰਾ ਭਲਾ ਬੋਲਦੇ ਆ, ਬਾਈ ਜੀ ਕਿਹੜਾ ਬਾਈ ਜੀ ਨਾਲ ਸੰਪਰਕ ਕਰਕੇ ਵੇਖੋ, ਬਾਈ ਜੀ ਬਹੁਤ ਨੇਕ ਇਨਸਾਨ ਹੈ, ਵਧੀਆ ਉਹਨਾਂ ਦਾ ਸੁਭਾਅ, ਅਤੇ ਵਧੀਆ ਆਪਾਂ ਨੂੰ ਵੀ ਰਾਹ ਦਿੱਤਾ ਬਾਈ ਜੀ ਨੇ। ਅਤੇ ਕਿਰਪਾ ਕਰਕੇ ਬਾਈ ਜੀ ਕੋਈ ਮਾੜੇ ਕਮੈਂਟ ਨਾ ਕਰਿਆ ਕਰੋ, ਅਤੇ ਬਾਈ ਜੀ ਬਾਰੇ ਕੋਈ ਮਾੜਾ ਕਮੈਂਟ ਨਾ ਕਰਿਆ ਕਰੋ ਬਾਈ ਜੀ। ਅਤੇ ਬਾਈ ਜੀ ਬਾਰੇ ਬੋਲਣ ਤੋਂ ਪਹਿਲਾਂ ਬਾਈ ਜੀ ਨਾਲ ਸੰਪਰਕ ਕਰਕੇ ਦੇਖੋ ਵੀ ਬਾਈ ਜੀ ਕਿੱਡੇ ਨੇਕ ਇਨਸਾਨ ਹੈ, ਕਿਉਂਕਿ ਮੇਰਾ ਇਹ ਵੀਡੀਓ ਪਾਉਣ ਦਾ ਮਤਲਬ ਇਹ ਸੀਗਾ ਬਾਈ ਜੀ ਵੀ ਕਿਸੇ ਵੀ ਛੋਟੇ ਵੱਡੇ ਖਿਡਾਰੀ ਦਾ ਫਾਇਦਾ ਹੋ ਸਕੇ। ਵੀ ਕਈ ਵਾਰੀ ਕਬੂਤਰ ਵਿਚਾਰੇ ਬਹੁਤ ਇਹ ਕਿਹੜਾ ਇਨਸਾਨ ਆ ਬਈ ਮੂੰਹੋਂ ਬੋਲ ਕੇ ਦੱਸ ਦੇਣਗੇ, ਕਈ ਵਾਰੀ ਤਾਂ ਇਹਨਾਂ ਨੂੰ ਵਿਚਾਰਿਆਂ ਨੂੰ ਇੰਨੀ ਕੁ ਤਕਲੀਫ ਹੁੰਦੀ ਆ ਵੀ ਦੂਜੇ ਦਿਨ ਬਿਮਾਰੀ ਨਾਲ ਮਰ ਜਾਂਦੇ, ਕੋਈ ਤੀਜੇ ਦਿਨ ਮਰ ਜਾਂਦਾ। ਮੇਰਾ ਇਹ ਵੀਡੀਓ ਪਾਉਣ ਦਾ ਮਤਲਬ ਇਹੀ ਸੀਗਾ ਬਈ ਬਾਈ ਜੀ ਦਾ ਨੰਬਰ ਲਓ, ਸੰਪਰਕ ਕਰੋ, ਅਤੇ ਤੁਹਾਡਾ ਜ਼ਰੂਰ ਭਲਾ ਹੋਊਗਾ। ਅਤੇ ਕਿਸੇ ਬਾਰੇ ਬੈਡ ਕਮੈਂਟ ਕਰਨ ਤੋਂ ਪਹਿਲਾਂ ਸੋਚਣਾ ਚਾਹੀਦਾ ਵੀ ਉਹ ਇਨਸਾਨ ਹੈ ਕਿਹੋ ਜਿਹਾ। ਕਈ ਵਾਰੀ ਬੰਦੇ ਨੂੰ ਐਂ ਹੁੰਦਾ ਗਾ ਬਈ ਵੈਸੇ ਹੀ ਆਪਦੀਆਂ ਵੀਡੀਓ ਬਣਾ ਬਣਾ ਬਾਈ ਜੀ ਮਸ਼ਹੂਰੀ ਕਰਨ ਮਾਰੇ ਵੀ ਯੂਟਿਊਬ 'ਤੇ ਐਵੇਂ ਵੀਡੀਓ ਪਾਈ ਜਾਂਦੇ ਆ। ਬਾਈ ਜੀ ਇਹ ਮੈਂ ਦਵਾਈਆਂ ਵਰਤੀਆਂ ਅਤੇ ਮੇਰੇ ਕਬੂਤਰ ਸਹੀ ਵੀ ਹੋਏ ਹੈ, ਅਤੇ ਮਾਲਕ ਦੀ ਕਿਰਪਾ ਪੂਰੇ ਤੁਹਾਡੇ ਸਾਹਮਣੇ ਤੰਦਰੁਸਤ ਬੈਠੇ ਆ ਕਬੂਤਰ। ਬਾਕੀ ਆ ਕੁਛ ਕਬੂਤਰ ਆਪਣੇ ਆ, ਕੁਛ ਕਬੂਤਰ ਆਪਣੇ ਥੱਲੇ ਆ ਬਾਈ, ਕੁਛ ਕਬੂਤਰ ਆ ਗੁੱਡਿਆਂ 'ਚ ਦੇਖ ਲਓ, ਤੁਸੀਂ ਆਪਦੀ ਆਪ ਦੇਖ ਲਓ ਵੀ ਆ ਕਬੂਤਰ ਆਪਣੇ ਕਿਹੋ ਜਿਹਾ, ਕਿੰਨੇ ਕੁ ਤੰਦਰੁਸਤ ਆ ਬਾਈ। ਕੁਛ ਕਬੂਤਰ ਆਪਣੇ ਇੱਧਰਲੇ ਖੁੱਡੇ 'ਚ ਹੈ, ਸਾਰੇ ਲਗਭਗ ਬਿਮਾਰ ਸੀਗੇ, ਕਬੂਤਰ ਆਪਣੇ ਸੁੱਕ ਕੇ ਮਰ ਰਹੇ ਸੀ, ਅੱਖਾਂ ਨਾਲ ਮਰ ਰਹੇ ਸੀ, ਅਤੇ ਪਰਮਾਤਮਾ ਦੀ ਕਿਰਪਾ ਹੋਈ ਬਈ ਆਪਣੇ ਕਬੂਤਰ ਸਾਰੇ ਸਹੀ ਹੋ ਗਏ।
ਤੇ ਬਾਈ ਜੀ ਨਾਲ ਜ਼ਰੂਰ ਸੰਪਰਕ ਕਰੋ ਤੇ ਕਿਸੇ ਬਾਰੇ ਬੁਰਾ ਭਲਾ ਨਾ ਕਹੋ। ਦਵਾਈ ਚਾਹੇ ਲੈਣੀ ਹੈ ਚਾਹੇ ਨਹੀਂ ਲੈਣੀ, ਪਰ ਬੈਡ ਕਮੈਂਟ ਨਾ ਕਰਿਆ ਕਰੋ ਮੇਰੇ ਵੀਰੋ, ਇਹ ਹੱਥ ਬੰਨ੍ਹ ਕੇ ਬੇਨਤੀ ਹੈ। ਅਤੇ ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।